ਬੇਟੀ ਭੱਗਾ ਜੀ ਦਵਿੰਦਰ ਜੀ ਸਾਰੇ ਸਾਡੇ ਭਰਾ ਇਹ ਰਾਮ ਲਿਖ ਕੇ ਅੱਜ ਮਾਣ ਦੇ ਰਹੇ ਨੇ ਸਾਡੀ ਮਾਂ ਖੇਡ ਕਬੱਡੀ ਨੂੰ ਲਓ ਸਾਹਮਣੇ ਮੇਨਕਾ ਰਾਣੀ ਇੰਡੀਆ ਟੀਮ ਦੇ ਖਿਡਾਰਨ ਇਸ ਸਮੇਂ ਰੋਡ ਬਾ ਰਹੀ ਹੈ ਮੈਦਾਨ ਦੇ ਵਿੱਚ ਮੇਨਕਾ ਰਾਣੀ ਦੀ ਪਈ ਹੋਈ ਰੋਡ ਹੁਣ ਆਪਾਂ ਦੇਖਦੇ ਵੀ ਚਾਰ ਖਿਡਾਰਨ ਬਿਲਕੁਲ ਤਿਆਰ ਨੇ ਫਿੱਡੂ ਦੇਵੀ ਦਿਆਲ ਵਰਗੇ ਕਦਰੇ ਇਸ ਦੀ ਪਾਈ ਸੱਥਾਂ ਵਾਲੀ ਖੇਡ ਕਬੱਡੀ ਕੁੱਲ ਦੁਨੀਆ ਤੇ ਸ਼ਾਹੀ ਗੱਲਾਂ ਨੇ ਸਵੇ ਕੀ ਭੋਰਾ ਨਹੀਂ ਕਿ ਬਾਬੀ ਰਹਿਣ ਜੋ ਆਉਂਦੇ ਕਬੱਡੀ ਵਾਲੇ ਬੱਬਰ ਸ਼ੇਰ ਪੰਜਾਬੀ ਰਹਿਣ ਜੋ ਆਉਂਦੇ ਕਬੱਡੀ ਵਾਲੇ ਬੱਬਰ ਸ਼ੇਰ ਪੰਜਾਬੀ ਐਨ ਕਹਿੰਦੇ ਪੰਜਾਬੀਆਂ ਦੀ ਮਹਿਫੂਜ਼ ਖੇਡ ਦਾ ਨਜ਼ਾਰਾ ਅੱਜ ਮਲੇਸ਼ੀਆ ਦੀ ਧਰਤੀ ਪੈਨਾਸੋਨਿਕ ਸਟੇਡੀਅਮ ਦੇ ਵਿੱਚ ਔਰ ਸਾਹਮਣੇ ਪੁਆਇੰਟ ਆਪਾਂ ਦੇਖਦੇ ਹਾਂ ਵੀ ਇੰਡੋਨੇਸ਼ੀਆ ਦੀ ਟੀਮ ਦਾ ਲਓ ਸਾਹਮਣੇ ਫਿਰ ਆ ਗਈ ਇੰਡੀਆ ਟੀਮ ਦੇ ਖਿਡਾਰਨ ਹੈਪੀ ਰੋਡ ਪਾਉਣ ਦੇ ਲਈ ਲੱਖਾਂ ਵਿਊ ਮਿਲ ਰਹੇ ਨੇ ਅੱਜ ਦੇ ਕਬੱਡੀ ਕੱਪ ਆਪਣੀ ਕਬੱਡੀ ਏਸ਼ੀਆ ਚੈਂਪੀਅਨਸ਼ਿਪ ਨੂੰ 1-2-3 ਦੇ ਜ਼ਰੀਏ ਲੱਖਾਂ ਦੇ ਵਿੱਚ ਵਿਊ ਹੋ ਚੁੱਕੇ ਨੇ ਦੁਨੀਆ ਐਨ ਭੰਭਾਰ ਆਨੰਦ ਮਾਣ ਰਹੀ ਹੈ ਔਰ ਸਾਹਮਣੇ ਪੁਆਇੰਟ ਹੈਪੀ ਜੋੜ ਵੀ ਹੋਈ ਇੰਡੀਆ ਟੀਮ ਦੇ ਖਿਡਾਰਨ ਲਓ ਸਾਹਮਣੇ ਫਿਰ ਅਗਲੀ ਰੇਡ ਪਾਉਣ ਦੇ ਲਈ ਇੰਡੋਨੇਸ਼ੀਆ ਦੀ ਖਿਡਾਰਨ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਸਾਹਮਣੇ ਚਾਰ ਖਿਡਾਰਨ ਇੰਡੀਆ ਟੀਮ ਦੀਆਂ ਹੁਣ ਦੇਖਾਂਗੇ ਵੀ ਰਣਦੀਪ ਜਾਂ ਫਿਰ ਦਇਆ ਰਾਣੀ ਜਾਂ ਫਿਰ ਮਿੰਨੀ ਜਾਂ ਫਿਰ ਮਨਪ੍ਰੀਤ ਕਿਹੜੀ ਖਿਡਾਰਨ ਮੁਕਾਬਲਾ ਕਰੇਗੀ ਲਓ ਸਾਹਮਣੇ ਮੁਕਾਬਲਾ ਦਇਆ ਰਾਣੀ ਦੇ ਨਾਲ ਆਓ ਦਇਆ ਰਾਣੀ ਮੁਕਾਬਲਾ ਕਰਦੀ ਹੈ ਤੇ ਪੁਆਇੰਟ ਹੈ ਜਿਹੜਾ ਇਸ ਸਮੇਂ ਇੰਡੋਨੇਸ਼ੀਆ ਦੀ ਟੀਮ ਦੇ ਲਈ ਜੁੜਦਾ ਹੋਇਆ ਬਹੁਤ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਖੇਡ ਕਬੱਡੀ ਦਾ ਔਰ ਸਾਹਮਣੇ ਇੰਡੀਆ ਟੀਮ ਦੇ ਖਿਡਾਰਨ ਅਨੂ ਰਾਣੀ ਮੈਦਾਨ ਦੇ ਵਿੱਚ ਰੇਡ ਪਾ ਰਹੀ ਹੈ ਮਾਰਦੀ ਹੋਈ ਵਰਗੇ ਟੱਚ ਤੇ ਇੰਡੀਆ ਦੀ ਟੀਮ ਦੇ ਲਈ ਇੱਕ ਅੰਕ ਦਾ ਖੋਰ ਵਾਧਾ ਕਰਦੀ ਹੋਈ ਨਰਿੰਦਰ ਸਿੰਘ ਜੀ ਰਾਣਾ ਐਨ ਆਈ ਐਸ ਕੋਚ ਇੰਡੀਆ ਟੀਮ ਤੇ ਮੈਡਮ ਮਨਜੀਤ ਕੌਰ ਜੀ ਐਨ ਆਈ ਐਸ ਕੋਚ ਇੰਡੀਆ ਟੀਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲਓ ਸਾਹਮਣੇ ਪੁਆਇੰਟ ਹੈ ਜਿਹੜਾ ਇਹ ਇਸ ਸਮੇਂ ਇੰਡੋਨੇਸ਼ੀਆ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਰੇਡ ਫਿਰ ਸੁਮਨਦੀਪ ਕੌਰ ਇੰਡੀਆ ਟੀਮ ਦੇ ਖਿਡਾਰਨ ਔਰ ਸਾਹਮਣੇ ਮਾਰਦੀ ਹੋਈ ਵੱਧ ਕੇ ਟੱਚ ਲਾ ਕੇ ਸੁਧਰੀ ਹੋਈ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕਰਦੀ ਹੋਈ ਅਗਲੀ ਰੇਡ ਫਿਰ ਇਸ ਸਮੇਂ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇੰਡੋਨੇਸ਼ੀਆ ਦੀ ਖਿਡਾਰਨ ਔਰ ਸਾਹਮਣੇ ਪੁਆਇੰਟ ਹੈ ਜਿਹੜਾ ਇੰਡੋਨੇਸ਼ੀਆ ਦੇ ਖਿਡਾਰਨ ਨੇ ਜੋੜਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਫਿਰ ਸੁਮਿਤ ਚੌਧਰੀ ਇਸ ਸਮੇਂ ਮੈਦਾਨ ਦੇ ਵਿੱਚ ਇੰਡੀਆ ਟੀਮ ਦੇ ਖਿਡਾਰਨ ਇਸ ਸਮੇਂ ਵੱਧ ਕੇ ਮੁਕਾਬਲਾ ਕਰ ਰਹੀ ਹੈ ਇੰਡੀਆ ਦੀ ਟੀਮ ਦੇ ਲਈ ਇੱਕ ਅੰਕ ਦਾ ਹੋਰ ਵਾਧਾ ਕੀਤਾ ਹੈ ਤਕੜਾ ਮੈਚ ਦੋਨੋਂ ਟੀਮਾਂ ਦੇ ਵਿੱਚ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਤਾਂ ਉਸ ਸਾਹਮਣੇ ਇੰਡੋਨੇਸ਼ੀਆ ਦੀ ਖਿਡਾਰਨ ਰੇਡ ਪਾ ਰਹੀ ਹੈ ਰਣਦੀਪ ਕੌਰ ਖਹਿਰਾ ਦੇ ਨਾਲ ਮੁਕਾਬਲਾ ਹੈ ਇੰਡੀਆ ਟੀਮ ਦੀ ਕਪਤਾਨ ਰਣਦੀਪ ਕੌਰ ਖਹਿਰਾ ਇਸ ਸਮੇਂ ਢਾ ਕੇ ਹਿੱਕ ਤੋਂ ਵੱਧ ਗਈ ਹੈ ਔਰ ਸਾਹਮਣੇ ਵੇਖਦੇ ਨੇ ਮੁਕਾਬਲਾ ਐਨ ਪੂਰਾ ਸਖਤ ਹੈ ਐਨ ਪੂਰਾ ਸਖਤ ਹੈ ਲਓ ਸਮਾਂ ਟਿਕ ਕਰਕੇ ਬੀਤ ਰਿਹਾ ਔਰ ਸਮੇਂ ਦਾ ਕੀ ਫੈਸਲਾ ਹੈ ਪੁਆਇੰਟ ਹੈ ਜਿਹੜਾ ਰਣਦੀਪ ਕੌਰ ਇੰਡੀਆ ਦੀ ਟੀਮ ਦੇ ਲਈ ਜੋੜਦੀ ਹੋਈ ਇੰਡੀਆ ਟੀਮ ਦੀ ਕਪਤਾਨ ਲਓ ਸਾਹਮਣੇ ਫਿਰ ਆ ਗਈ ਰੇਡ ਪਾਉਣ ਦੇ ਲਈ ਮੇਨਕਾ ਰਾਣੀ ਇੰਡੀਆ ਟੀਮ ਦੇ ਖਿਡਾਰਨ ਇਸ ਸਮੇਂ ਰੇਡ ਪਾ ਰਹੀ ਹੈ ਔਰ ਸਾਹਮਣੇ ਮਾਰਦੀ ਹੋਈ ਵੱਧ ਕੇ ਟੱਚ ਔਰ ਪੁਆਇੰਟ ਜੋੜਦੀ ਹੋਈ ਆਪਣੀ ਟੀਮ ਦੇ ਲਈ ਇੰਡੀਆ ਦੀ ਟੀਮ ਦੇ ਲਈ ਅਗਲੀ ਰੇਡ ਫਿਰ ਇੰਡੋਨੇਸ਼ੀਆ ਦੀ ਖਿਡਾਰਨ ਲਓ ਸਾਹਮਣੇ ਮੁਕਾਬਲਾ ਐਨ ਜਫਾ ਲੱਗ ਗਿਆ ਹੈ ਖੇਡ ਦੇ ਮੈਦਾਨ ਦੇ ਵਿੱਚ ਕੈਂਚੀ ਵੱਜ ਗਈ ਹੈ ਔਰ ਸਮਾਂ ਟਿਕ ਟਿਕ ਕਰਕੇ ਵਿਤ ਰਿਹਾ ਚੱਲਦਾ ਹੋਇਆ ਮੈਚ ਸਮਾਪਤ ਹੈ ਇੰਡੀਆ ਦੀ ਟੀਮ ਦੇ 40 ਪੁਆਇੰਟ ਨੇ ਤੇ 24 ਪੁਆਇੰਟ ਨੇ ਇੰਡੋਨੇਸ਼ੀਆ ਦੇ ਇੰਡੀਆ ਦੀ ਟੀਮ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਮਵਾਗ ਹੈ ਨਰਿੰਦਰ ਸਿੰਘ ਜੀ ਰਾਣਾ ਕੋਚ ਸਾਹਿਬ ਮੈਡਮ ਮਨਜੀਤ ਕੌਰ ਜੀ ਮੁਬਾਰਕਬਾਦ ਉਹਨਾਂ ਦੀ ਟੀਮ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਈ ਹੈ ਪਾਕਿਸਤਾਨ ਦੀ ਟੀਮ ਦੇ ਨਾਲ ਫਾਈਨਲ ਦਾ ਜਿਹੜਾ ਉਹ ਮੈਚ ਖੇਡਿਆ ਜਾਣਾ ਇੰਡੀਆ ਦੇ
40 ਪੁਆਇੰਟ ਨੇ ਤੇ 24 ਪੁਆਇੰਟ ਨੇ ਇੰਡੋਨੇਸ਼ੀਆ ਦੀ ਟੀਮ ਦੇ ਲੰਚ ਤੋਂ ਬਾਅਦ ਦੁਬਾਰਾ ਫਿਰ ਆਪਾਂ ਜਲਦੀ ਇਕੱਠੇ ਹੋਵਾਂਗੇ ਤਾੜੀਆਂ ਮਾਰਦੇ ਸਾਰੇ ਪਲੀਜ਼ ਬਿਗ ਹੈਂਡ ਬਹੁਤ ਜੀ ਵਾਹ ਫਾਈਨਲ